ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਿਆ ਤੇਰੀ ਸੋਚ ਤੇ ਜਿੱਦਾਂ ਮੋਦੀ ਦੇ ਜਿੰਨੇ ਵੀ ਐਮਪੀ ਨੇ ਸਾਰੇ ਆਮ ਲੋਕਾਂ ਲਈ ਨਹੀਂ ਆਇਆ ਕੋਈ ਵੀ, ਉਹਨਾਂ ਨੇ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਕਿਸੇ ਦੀ ਰਾਏ ਨਹੀਂ ਲਈ। ਹੁਣ ਅੱਜ ਦੀ ਗੱਲ ਕਰੋ, ਜੇ ਅਸਤੀਫਾ ਦੇਣ ਦੀ ਉਹ ਤਾਂ ਜਸ ਪਖੰਡ ਆ ਜੀ, ਲੋਕ ਥੋੜ੍ਹਾ ਬਹੁਤਾ ਫੇਵਰ ਲੈਣਾ ਚਾਹੁੰਦੇ ਨੇ ਉਹ ਵੀ ਧਰਮ ਦੇ ਨਾਂ 'ਤੇ ਅਤੇ ਥੋੜ੍ਹਾ ਕਿਸਾਨੀ ਦੇ ਨਾਂ 'ਤੇ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਵੀ ਸਿਆਸਤ ਚੇਂਜ ਹੁੰਦੀ ਆ ਇਹ ਯੂਥ ਹੀ ਕਰਦਾ ਹੈ। ਆਪਣਾ ਹਜ਼ਾਰਾ ਸਾਹਿਬ ਜੀ ਦੀ ਇੱਕ ਮੂਵਮੈਂਟ ਚੱਲੀ ਸੀ, ਉਸ ਮੂਵਮੈਂਟ ਦੇ ਵਿੱਚੋਂ ਹੀ ਐਡਾ ਵੱਡਾ ਇੱਕ ਹਜੂਮ ਉੱਠਿਆ ਸੀ ਜਿਹੜਾ ਸਾਡੇ ਹਿੰਦੁਸਤਾਨ ਦੇ ਸਿਸਟਮ ਨੂੰ ਚੇਂਜ ਕਰਨਾ ਚਾਹੁੰਦਾ ਵਾ। ਜਿਹੜੇ ਆ ਕਾਂਗਰਸੀ ਅਕਾਲੀ ਹੈ ਬੀਜੇਪੀ ਨੇ ਜਿਹੜਾ ਜ਼ਬਰ ਜ਼ੁਲਮ ਬੰਬ ਸੁੱਟਿਆ ਆਰਡੀਨੈਂਸ ਦੇ ਰੂਪ ਦੇ ਵਿੱਚ ਨੂੰ ਐਕਟ ਬਣਾ ਦਿੱਤਾ, ਇੱਕ ਧੱਕੇਸ਼ਾਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਾਂਝ ਟੀਵੀ। ਤਾਂ ਸਾਂਝ ਟੀਵੀ ਜਿਹੜਾ ਹੈਗਾ ਵਾ ਅੱਜ ਹਲਕਾ ਮਜੀਠੇ ਦੇ ਵਿੱਚ ਆਪਾਂ ਪਹੁੰਚੇ ਹਾਂ, ਜਿੱਥੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਵਾ ਸ਼ਹੀਦ ਭਗਤ ਸਿੰਘ ਜਦ ਜਨਮ ਦਿਹਾੜਾ ਸੀ ਉਹ ਮਨਾਇਆ ਗਿਆ ਇੱਕ ਵੱਖਰੇ ਅੰਦਾਜ਼ ਦੇ ਨਾਲ, ਜੋ ਹੈਗਾ ਵਾ ਕਿ ਆਪਣਾ ਰੈਲੀ ਜਿਹੜੀ ਰੈਲੀ ਹੈਗੀ ਸੀ ਮੋਟਰਸਾਈਕਲ ਰੈਲੀ ਇਹਨਾਂ ਨੇ ਕੱਢੀ ਹੈਗੀ ਅਤੇ ਲੋਕਾਂ ਨੂੰ ਇਕੱਲੇ ਇਕੱਲੇ ਰਸਤੇ 'ਚ ਜਾਂਦਿਆਂ ਨੂੰ ਲੋਕਾਂ ਨੂੰ ਮੈਸੇਜ ਦਿੱਤਾ ਵਾ ਕਿ ਜਿਹੜੀ ਭਗਤ ਸਿੰਘ ਵਾਲੀ ਸੋਚ ਹੈਗੀ ਆ ਉਹ ਹਰ ਇੱਕ ਬੱਚੇ ਦੇ ਵਿੱਚ ਆਵੇ, ਹਰ ਇੱਕ ਜਵਾਨ ਦੇ ਵਿੱਚ ਆਵੇ, ਹਰ ਇੱਕ ਬਜ਼ੁਰਗ ਦੇ ਵਿੱਚ ਆਵੇ। ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀਆਂ ਸਾਡੇ 70 ਸਾਲ ਹੋ ਗਏ ਸੀ ਜਿਹੜੀਆਂ ਸਾਡੀਆਂ ਪਹਿਲੀਆਂ ਅੱਜ ਤੋਂ ਪਹਿਲੇ ਵਾਲੀਆਂ ਸਰਕਾਰਾਂ ਲਗਾ ਲਈਏ ਤਾਂ ਮੇਰੇ ਖਿਆਲ ਨਾਲ ਉਹ ਲਾਰੇ 'ਤੇ ਜਿਹੜਾ ਲਾਰਾ ਹੈਗਾ ਸੀ ਉਹੀ ਦਿੰਦੀਆਂ ਆਈਆਂ ਨੇ ਹਾਲੇ ਤੱਕ। ਕਿ ਕੈਪਟਨ ਸਰਕਾਰ ਜੋ ਮੌਜੂਦਾ ਸਰਕਾਰ ਹੈਗੀ ਆ ਉਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਨਸ਼ਿਆਂ ਦਾ ਮੁੱਦਾ ਹੈਗਾ ਸੀ ਜਾਂ ਹੋਰ ਕੋਈ ਮੁੱਦਾ ਹੈਗਾ ਕਿ ਕਿਸਾਨਾਂ ਦਾ ਮੁੱਦਾ ਲਗਾ ਲਈਏ ਜਾਂ ਨਸ਼ਿਆਂ ਦਾ ਮੁੱਦਾ ਲਗਾ ਲਈਏ, ਜਿਹੜਾ ਕਿਸਾਨਾਂ ਦਾ ਮੁੱਦਾ ਹੈਗਾ ਵਾ ਵਾਕਈ ਜਿਹੜੀਆਂ ਉਹਨਾਂ ਦੀਆਂ ਮੰਗਾਂ ਹੈਗੀਆਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਜਿਹੜੀਆਂ ਹੈਗੀਆਂ ਨੇ ਇਹ ਮੰਗਣੀਆਂ ਚਾਹੀਦੀਆਂ ਨੇ। ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਹੈਗਾ ਵਾ ਸਾਡੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਵਾ ਇਹ ਕੀਤਾ ਗਿਆ ਕਿ ਲੋਕਾਂ ਨੂੰ ਜਿਹੜਾ ਵੱਖਰੇ ਅੰਦਾਜ਼ ਦੇ ਨਾਲ ਜੋ ਹੈਗਾ ਸੀ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਹਾਂਜੀ ਸਰ, ਕੀ ਨਾਮ ਜੀ ਆਪਣਾ ਜਿਹੜਾ ਅੱਜ ਤੁਸੀਂ ਉਪਰਾਲਾ ਕੀਤਾ ਜੀ? ਬਹੁਤ ਵਧੀਆ ਉਪਰਾਲਾ ਤੁਹਾਡੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਵਾ, ਕਿਸ ਤਰ੍ਹਾਂ ਸਮਝਦੇ ਹੋ ਇਹਨੂੰ? ਮੇਰਾ ਨਾਮ ਕਿਰਪਾਲ ਆ। ਔਰ ਅੱਜ ਜਿਹੜਾ ਉਪਰਾਲਾ ਸੀਗਾ ਇਹ ਸਾਡਾ ਇੱਕ ਸਭ ਤੋਂ ਜਿਹੜਾ ਮੇਨ ਮਕਸਦ ਸੀ ਉਹ ਨੌਜਵਾਨਾਂ ਨੂੰ ਔਰ ਆਮ ਲੋਕਾਂ ਨੂੰ ਸੰਦੇਸ਼ ਦੇਣਾ ਸੀਗਾ ਕਿ ਤੁਸੀਂ ਭਗਤ ਸਿੰਘ ਦੀ ਸੋਚ ਦੇ ਨਾਲ ਜੁੜੋ। ਉਹ ਇੱਕ ਇਹੋ ਜਿਹੇ ਮਹਾਨ ਪੁਰਸ਼ ਸੀਗੇ ਜਿਨ੍ਹਾਂ ਨੇ ਆਪਣੀ ਆਵਾਜ਼ ਉਹ ਉੱਪਰ ਤੱਕ ਬੁਲੰਦ ਕੀਤੀ ਅਤੇ ਦੇਸ਼ ਆਜ਼ਾਦ ਹੋਇਆ। ਉਹਨਾਂ ਦਾ ਹੀ ਅਹਿਮ ਰੋਲ ਸੀਗਾ ਦੇਸ਼ ਆਜ਼ਾਦ ਕਰਾਉਣ ਨੂੰ। ਪਰ ਆਪਾਂ ਦੇਸ਼ ਤਾਂ ਆਜ਼ਾਦ ਕਰਾ ਲਿਆ, ਪਰ ਕੀ ਜੇ ਗੱਲ ਕਰ ਲਈਏ ਲੋਕਾਂ ਦੀ ਜਾਂ ਕਿਸਾਨਾਂ ਦੀ? ਕਿਸਾਨ ਵਿਚਾਰੇ ਅੱਜ ਵੀ ਜਿਹੜੇ ਹੈਗੇ ਨੇ ਉਹ ਰੇਲਵੇ ਲਾਈਨਿੰਗਾਂ 'ਤੇ ਸੁੱਤੇ ਹੋਏ ਨੇ, ਰੋਡ 'ਤੇ ਸੁੱਤੇ ਹੋਏ ਨੇ। ਕਿਸ ਤਰ੍ਹਾਂ ਸਮਝਦੇ ਹੋ ਇਹਨੂੰ ਕਿ ਸਰਕਾਰਾਂ ਕਿਉਂ ਸੁੱਤੀਆਂ ਰਹਿੰਦੀਆਂ, ਕਿਉਂ ਕੰਮ ਕਰਨ ਦੀ ਨੀਂਦਾਂ ਇਹ ਸੁੱਤੀਆਂ ਰਹਿੰਦੀਆਂ ਨੇ? ਕਿਉਂਕਿ ਉਹ ਆਪਣੇ ਮਕਸਦ ਲਈ ਆਉਂਦੇ ਨੇ, ਉਹ ਸਿਰਫ ਆਪਣੇ ਪਰਿਵਾਰਾਂ ਲਈ ਆਪਣੇ ਘਰ ਪਰਿਵਾਰ ਲਈ ਆਉਂਦੇ ਨੇ, ਇਹ ਆਮ ਲੋਕਾਂ ਲਈ ਕੋਈ ਨਹੀਂ ਆਉਂਦਾ। ਜਿੰਨੇ ਵੀ MLA ਨੇ ਜਾਂ MP ਨੇ ਜਿੱਦਾਂ ਮੋਦੀ ਦੇ ਜਿੰਨੇ ਵੀ MP ਨੇ ਸਾਰੇ ਆਮ ਲੋਕਾਂ ਲਈ ਨਹੀਂ ਆਇਆ ਕੋਈ ਵੀ, ਉਹਨਾਂ ਨੇ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਕਿਸੇ ਦੀ ਰਾਏ ਨਹੀਂ ਲਈ। ਜਿਹੜੇ ਇਹਨਾਂ ਦੇ ਆਪਣੇ MP ਸੀਗੇ ਉਹਨਾਂ ਕੋਲੋਂ ਹੀ ਇਹਨਾਂ ਨੇ ਵੋਟਿੰਗ ਕਰਵਾਈ ਅਤੇ ਕਾਨੂੰਨ ਪਾਸ ਕਰ ਬਿੱਲ ਨੂੰ ਅੱਗੇ ਵਧਾ ਦਿੱਤਾ, ਪਰ ਆਮ ਲੋਕਾਂ ਤੋਂ ਨਹੀਂ ਪੁੱਛਿਆ ਗਿਆ। ਉਹਦੇ ਵਿੱਚ ਆਪਣੇ ਪੰਜਾਬ ਤੋਂ ਅਕਾਲੀ ਦਲ ਪਾਰਟੀ ਹੁਣ BBC ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਨੇ ਤਾਂ ਇੱਥੋਂ ਤੱਕ ਅਸਤੀਫਾ ਵੀ ਦੇ ਦਿੱਤਾ, ਕਿਸ ਤਰ੍ਹਾਂ ਸਮਝਦੇ ਹੋ? ਦੇਖੋ ਜੀ, ਉਹ ਤਾਂ ਇੱਕ ਨਾਟਕ ਆ ਜੀ, ਇਹਨਾਂ ਦੀ ਪੁਰਾਣੀ ਵੀਡੀਓ ਤੁਸੀਂ ਔਨਲਾਈਨ ਕੱਢ ਕੇ ਦੇਖੋ। ਪੁਰਾਣੀ ਵੀਡੀਓਜ਼ ਦੇ ਵਿੱਚ ਬੀਬੀ ਹਰਸਿਮਰਤ ਕੌਰ ਵੀ ਔਰ ਸੁਖਬੀਰ ਜੀ ਵੀ ਇਹ ਸਾਰੇ ਜਾਣੇ ਬਿਆਨ ਦੇ ਰਹੇ ਆ ਕਿ ਬਿੱਲ ਭੋਕੇ ਆ ਜੀ, ਅਸੀਂ ਸਭ ਕੁਝ ਚੈੱਕ ਕੀਤਾ। ਉਹ ਲੋਕਾਂ ਨੂੰ ਦੱਸਦੇ ਪਏ ਨੇ, ਇਕੱਲੀ ਇਕੱਲੀ ਚੀਜ਼ ਦੱਸਦੇ ਪਏ ਨੇ ਕਿ ਦੇਖੋ ਜੀ ਬਿੱਲ ਬਿਲਕੁਲ ਓਕੇ ਆ। ਹੁਣ ਅੱਜ ਦੀ ਗੱਲ ਕਰੋ, ਜੇ ਅਸਤੀਫਾ ਦੇਣ ਦੀ ਉਹ ਤਾਂ ਜਸ ਪਖੰਡ ਆ ਜੀ, ਲੋਕ ਥੋੜ੍ਹਾ ਬਹੁਤਾ ਫੇਵਰ ਲੈਣਾ ਚਾਹੁੰਦੇ ਨੇ ਉਹ ਵੀ ਧਰਮ ਦੇ ਨਾਂ 'ਤੇ ਅਤੇ ਥੋੜ੍ਹਾ ਕਿਸਾਨੀ ਦੇ ਨਾਂ 'ਤੇ। ਪਰ ਜਿਹੜੇ ਸਾਡੇ ਲੋਕ ਨੇ ਕਿਉਂ ਇਹ 70 ਸਾਲਾਂ ਤੋਂ ਜਿਹੜੇ ਹੈਗੇ ਨੇ 80 ਸਾਲਾਂ ਤੋਂ ਬਜ਼ੁਰਗ ਲਗਾ ਲਈਏ, ਸਾਡਾ ਯੂਥ ਵਿੰਗ ਲਗਾ ਲਈਏ, ਕਿਸ ਤਰ੍ਹਾਂ ਕਿਉਂ ਮਤਲਬ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹ ਸਰਕਾਰਾਂ ਦੇ ਰਾਹਾਂ ਵੱਲ ਜਦੋਂ ਇਲੈਕਸ਼ਨ ਆਉਂਦਾ ਕਿਉਂ ਇਹ ਉਹਨਾਂ ਦੇ ਪਿੱਛੇ ਲੱਗ ਜਾਂਦੇ ਨੇ? ਦੇਖੋ ਜੀ, ਪਹਿਲਾਂ ਮੈਂ ਬਜ਼ੁਰਗਾਂ ਦੀ ਗੱਲ ਕਰਾਂਗਾ। ਜਿਹੜੇ ਪਹਿਲਾਂ ਬਜ਼ੁਰਗ ਸੀ ਅਜੇ ਤੱਕੜੀ ਦੀ ਗੱਲ, ਬਾਬੇ ਨਾਨਕ ਦੀ ਤੱਕੜੀ ਦੱਸ ਕੇ, ਬਾਦਲ ਸਾਹਿਬ ਬਾਬੇ ਨਾਨਕ ਦੀ ਤੱਕੜੀ ਦੱਸ ਕੇ ਬਜ਼ੁਰਗਾਂ ਨੂੰ ਹਾਰ ਲਾਇਆ ਹੋਇਆ ਸੀਗਾ, ਅਤੇ ਜਿਹੜੇ ਕੱਟੜ ਬਜ਼ੁਰਗ ਨੇ ਜਿਹੜੇ ਅਕਾਲੀ ਦਲ ਨੂੰ ਹੀ ਸਮਰਥਨ ਕਰਦੇ ਨੇ ਉਹ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਵੀ ਕਹਿੰਦੇ ਨੇ ਕਿ ਤੁਸੀਂ ਅਕਾਲੀ ਦਲ ਵਾਲੀ ਜਾਣਾ। ਹੁਣ ਦੀ ਵੀ ਗੱਲ ਕਰ ਲਓ, ਜੇ ਹੁਣ ਵੀ ਅਜੇ ਵੀ ਕਾਫੀ ਡਰ ਪਾਉਂਦੇ ਨੇ, ਪਰਚਿਆਂ ਦਾ ਡਰ ਪਾਉਂਦੇ ਨੇ ਕਿ ਨਹੀਂ ਜੀ ਨੌਜਵਾਨਾਂ ਦੇ ਪਰਚਿਆਂ ਦਾ ਡਰ ਪਾਉਂਦੇ ਨੇ ਕਿ ਤੁਹਾਡੇ 'ਤੇ ਕੇਸ ਪਾ ਕੇ ਤੁਹਾਨੂੰ ਅੰਦਰ ਕਰਾ ਦਾਂਗੇ, ਤੁਸੀਂ ਕਿਸੇ ਆਮ ਪਾਰਟੀ ਵੱਲ ਜਾਂ ਨਵੀਂ ਪਾਰਟੀ ਵੱਲ ਨਹੀਂ ਜਾਣਾ। ਇਹ ਧੱਕਾ ਹੁੰਦਾ ਹਮੇਸ਼ਾ। ਅਤੇ ਜੇ ਨੌਜਵਾਨਾਂ ਦੀ ਗੱਲ ਕਰੀਏ, ਨੌਜਵਾਨ ਅੱਗੇ ਨਾਲੋਂ ਜਿਹੜੇ ਸਕੂਲਾਂ ਕਾਲਜਾਂ 'ਚ ਜਾ ਰਹੇ ਨੇ ਨੈੱਟ 'ਤੇ ਦੇਖ ਰਹੇ ਨੇ ਉਹ ਅੱਗੇ ਨਾਲੋਂ ਕਾਫੀ ਫਰਕ ਪਿਆ ਉਹਨਾਂ ਦਾ। ਇਸ ਵਾਰ ਸਾਰਾ ਨੌਜਵਾਨ ਆਮ ਆਦਮੀ ਪਾਰਟੀ ਦੇ ਨਾਲ ਆ।
ਲੱਗਦਾ ਕਿ 2022 ਦਾ ਜਿਹੜਾ ਇਲੈਕਸ਼ਨ ਆਉਣ ਵਾਲਾ ਵਾ ਇਹ ਵਾਕਿਆ ਹੀ ਜਿਹੜਾ ਹੈਗਾ ਵਾ ਇਹ ਕਿਤੇ ਨਾ ਕਿਤੇ ਬਦਲਾਅ ਲੈ ਕੇ ਆਏਗਾ? ਬਹੁਤ ਵੱਡਾ ਬਦਲਾਅ ਲੈ ਕੇ ਜਾ ਰਿਹਾ ਜੀ, ਕਿਉਂਕਿ ਕਾਂਗਰਸੀ ਅਤੇ ਅਕਾਲੀ ਦਲ ਦੇ ਕਾਫੀ ਲੋਕ ਆਮ ਆਦਮੀ ਪਾਰਟੀ ਦੇ ਨਾਲ ਸ਼ਾਮਿਲ ਹੋ ਰਹੇ ਨੇ, ਸਰਪੰਚ ਵੀ ਸਾਰੇ ਜਣੇ ਸਮਰਥਨ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ। ਸੋ ਇਹ ਸਨ ਸਾਡੇ ਨਾਲ ਸੀਨੀਅਰ ਆਗੂ, ਹੋਰ ਸੀਨੀਅਰ ਆਗੂ ਹੈਗੇ ਨੇ ਸਾਡੇ ਨਾਲ। ਸਰ ਕੀ ਨਾਮ ਜੀ ਤੁਹਾਡਾ, ਅੱਜ ਦਾ ਦਿਨ ਹੀ ਕਿਉਂ ਚੁਣਿਆ ਗਿਆ ਪਹਿਲਾਂ ਤੋਂ? ਮੇਰਾ ਨਾਮ ਸੰਦੀਪ ਸ਼ਰਮਾ ਜੀ, ਮੈਂ ਮਜਿੱਠੇ ਹਲਕੇ ਸੋਸ਼ਲ ਮੀਡੀਆ ਦੇ ਡਿਊਟੀ ਵੀ ਨਿਭਾ ਰਿਹਾ ਵਾਂ ਪਾਰਟੀ ਵੱਲੋਂ ਜੋ ਹੁਕਮ ਆ। ਅੱਜ ਦਾ ਦਿਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ, ਤੁਸੀਂ ਸਾਰੇ ਜਾਣਦੇ ਹੋ, ਇਸ ਕਰਕੇ ਅੱਜ ਦਾ ਦਿਨ ਚੁਣਿਆ ਗਿਆ ਜੀ। ਲੋਕਾਂ ਦੇ ਵਿੱਚ ਆਪਾਂ ਸੰਦੇਸ਼ ਦੇਣਾ ਚਾਹੁੰਦੇ ਹਾਂ, ਇੱਕ ਸੱਚਾਈ ਦਾ ਸੰਦੇਸ਼। ਕੀ ਮੈਸੇਜ ਕੀ ਹੈਗਾ ਤੁਹਾਡੇ ਵੱਲੋਂ, ਜਿਹੜਾ ਯੂਥ ਵਿੰਗ ਅੱਜ ਤੁਹਾਡੇ ਨਾਲ ਬਹੁਤ ਭਾਰੀ ਮਾਤਰਾ 'ਤੇ ਜਿਹੜਾ ਯੂਥ ਹੈਗਾ ਸੀ, ਕੀ ਮੈਸੇਜ ਕੀ ਆ ਉਹਨਾਂ ਵਾਸਤੇ? ਮੈਸੇਜ ਇਹ ਆ ਕਿ ਸਾਰੇ ਯੂਥ ਨੂੰ ਕਿ ਇੱਕ ਆਪਾਂ ਤਾਂ ਕਿਸੇ ਨੂੰ ਕੋਈ ਪੈਟਰੋਲ ਨਹੀਂ ਪਵਾ ਕੇ ਦਿੱਤਾ, ਕਿਸੇ ਨੂੰ ਕੋਈ ਲਾਲਚ ਨਹੀਂ ਦਿੱਤਾ, ਕਿਸੇ ਨੂੰ ਕੋਈ ਦਿਹਾੜੀ ਨਹੀਂ ਦਿੱਤੀ, ਸਿਰਫ ਇੱਕ ਸਾਡੇ ਸੋਸ਼ਲ ਮੀਡੀਆ ਦੇ ਨੈੱਟ 'ਤੇ ਮੈਸੇਜ ਰਾਹੀਂ ਇਹ ਯੂਥ ਜਿਹੜਾ ਆਇਆ ਵਾ, ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਇਹਨਾਂ ਯੂਥ ਦਾ ਇਕੱਠ ਦੇਖ ਕੇ ਅੱਜ ਸਾਡੇ ਮਨ ਨੂੰ ਤਸੱਲੀ ਹੋ ਗਈ ਕਿ ਮਜਿੱਠੇ ਹਲਕੇ ਦੇ ਵਿੱਚ ਵੀ 2022 ਦੇ ਵਿੱਚ ਝਾੜੂ ਫਿਰਨ ਜਾ ਰਿਹਾ ਜੀ। ਜੇ ਗੱਲ ਕਰ ਲਈਏ ਅੱਜ ਯੂਥ ਵਿੰਗ ਦੀ, ਤਾਂ ਯੂਥ ਵਿੰਗ ਜਿਹੜਾ ਹੈਗਾ ਵਾ, ਵਾਕਈ ਜਿਹੜਾ ਯੂਥ ਆ, ਬਜ਼ੁਰਗ ਵੀ ਹੈ ਜਾਂ ਯੂਥ ਆ, ਯੂਥ ਵੱਧ ਚੜ੍ਹ ਕੇ ਅੱਗੇ ਆਉਂਦਾ ਪਿਆ ਵਾ, ਕਿਸ ਤਰ੍ਹਾਂ ਸਮਝਦੇ ਹੋ ਇਹਨੂੰ ਕਿ ਵਾਕਈ ਜਿਹੜੀ ਸੋਚ ਹੈਗੀ ਸੀ ਉਹਨਾਂ ਦੀ, ਸ਼ਹੀਦ ਭਗਤ ਸਿੰਘ ਵਾਲੀ ਜਿਹੜੀ ਸੋਚ ਸੀ, ਵਾਕਿਆ ਹੀ ਸਾਹਮਣੇ ਹੁਣ ਉਹਨਾਂ ਦੇ ਦਿਲਾਂ 'ਤੇ ਜਿਹੜੇ ਵਿਚਾਰ ਨੇ ਆਪਣੇ ਆਪ ਹੀ ਮਤਲਬ ਨਿਕਲ ਕੇ ਆਉਂਦੇ? ਬਿਲਕੁਲ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਵੀ ਸਿਆਸਤ ਚੇਂਜ ਹੁੰਦੀ ਆ, ਇਹ ਯੂਥ ਹੀ ਕਰਦਾ ਹੈ। 60% ਯੂਥ ਹੈ, ਜੇ ਯੂਥ ਜਿੱਧਰ ਨੂੰ ਯੂਥ ਆ ਦੀ ਹਵਾ ਹੋ ਗਈ ਜਾਂ ਜਿੱਧਰ ਨੂੰ ਯੂਥ ਸਾਰਾ ਬਲ ਗਿਆ, ਉਹਦੀ ਸਰਕਾਰ ਆਏਗੀ ਗਾੜੀ। ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਯੂਥ ਵਾਲਿਆਂ ਦਾ, ਜੋ ਸਾਡੇ ਮਜਿੱਠੇ ਹਲਕੇ ਸਾਡੇ ਇੱਕ, ਜਿੱਦਾਂ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਕਿ ਸਾਡੇ ਬੀਨ ਵਜਾਇਆ ਸੱਪ ਨਿਕਲਦੇ ਆ, ਪਰ ਸਾਨੂੰ ਅੱਜ ਖੁਦ ਪਤਾ ਲੱਗ ਗਿਆ ਕਿ ਸਹੀ ਗੱਲ ਉਹ ਕਹਿੰਦੇ ਹੁੰਦੇ ਸੀਗੇ। ਅਸੀਂ ਹਰ ਰੈਲੀਆਂ 'ਚ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਇੱਕ ਰਾਤ ਨੂੰ ਮੈਸੇਜ ਹੀ ਲਾਇਆ ਸੋਸ਼ਲ ਮੀਡੀਆ 'ਤੇ, ਅਤੇ ਸਾਡੇ ਨਾਲ ਮਜਿੱਠੇ ਹਲਕੇ 'ਚ ਏਡੇ ਵੱਡੇ ਹਜੂਮ ਦੇ ਵਿੱਚ ਯੂਥ ਨਿਕਲ ਕੇ ਆਇਆ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਕਿੱਥੋਂ ਕਿੱਥੋਂ ਇਹ ਰੈਲੀ ਨਿਕਲੀ, ਕਿੱਥੇ ਕਿੱਥੇ ਆਣ ਕੇ ਖਤਮ ਹੋਈ ਹੈ ਜੀ ਇਹ? ਹਾਂਜੀ, ਵੈਸੇ ਤਾਂ ਰੈਲੀ ਇਹ ਆਪਾਂ ਨਵੇਂ ਨਾਗਾ ਤੋਂ ਸ਼ੁਰੂ ਕਰਕੇ ਜਿਜਿਆਣੀ ਥਾਣੀ ਮਜਿੱਠਾ ਹੋ ਕੇ ਜਿਜਿਆਣੀ ਤੋਂ ਤਲਵੰਡੀ ਖੁੰਮਣ ਅਤੇ ਆਪਾਂ ਬਾਬਾ ਬੁੱਢਾ ਸਾਹਿਬ ਖਤਮ ਕਰਨੀ ਸੀ, ਪਰ ਟਾਈਮ ਦੀ ਘਾਟ ਹੋਣ ਕਰਕੇ, ਇੱਕ ਗਰਮੀ ਦਾ ਮੌਸਮ ਹੋਣ ਕਰਕੇ ਅਸੀਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ। ਅੱਜ ਆਪਾਂ ਜਿਹੜੀ ਸਾਡੀ ਡਿਊਟੀ ਸੀ ਨਵੇਂ ਨਾਗਾ ਤੋਂ ਲੈ ਕੇ ਜਿਜਿਆਣੀ ਤੱਕ ਮਜਿੱਠਾ ਕਸਬਾ ਹੁੰਦੇ ਹੋਏ, ਅਤੇ ਸਾਡੇ ਦੂਜੇ ਸਾਥੀਆਂ ਦੀ ਡਿਊਟੀ ਤਲਵੰਡੀ ਖੁੰਮਣ ਤੋਂ ਲੈ ਕੇ ਅਬਦਾਲ ਸ਼ਹਿਜਾਦਾ ਟਾਲੀ ਸਾਹਿਬ ਉਹ ਕੱਥੂ ਨੰਗਲ ਉਹ ਬਾਬਾ ਜੀ ਬੁੱਢਾ ਸਾਹਿਬ ਖਤਮ ਕਰਨਗੇ। ਅਸੀਂ ਸਾਡੀ ਡਿਊਟੀ ਇੱਧਰ ਨਵੇਂ ਨਾਗਾ ਤੋਂ ਸ਼ੁਰੂ ਹੋ ਕੇ, ਅਤੇ ਆਪਾਂ ਮਜਿੱਠਾ ਦੇ ਵਿੱਚ ਵੀ ਬਰਥਡੇ ਦਾ ਕੇਕ ਕੱਟਿਆ ਗਿਆ ਵਾ, ਅਤੇ ਹੁਣ ਇੱਥੇ ਵੀ ਜਿਜਿਆਣੀ ਵੀ ਬਰਥਡੇ ਦਾ ਕੇਕ ਕੱਟ ਕੇ ਸਮਾਪਤੀ ਕਰ ਰਹੇ ਹਾਂ। ਸੋ ਧੰਨਵਾਦ। ਇਹ ਸਨ ਸਾਡੇ ਨਾਲ ਯੂਥ ਵਿੰਗ ਜਿਹੜਾ ਦੇਖਦੇ ਪਏ ਨੇ, ਹੁਣ ਸਾਡੇ ਨਾਲ ਜਿਹੜੇ ਹੈਗੇ ਨੇ ਸੀਨੀਅਰ ਆਗੂ ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਨੇ। ਸਰ ਕੀ ਨਾਮ ਕੀ ਹੈ ਤੁਹਾਡਾ ਜੀ? ਮੇਰਾ ਨਾਮ ਜੀ ਸੂਬੇਦਾਰ ਬਲਵਿੰਦਰ ਸਿੰਘ, ਹਲਕਾ ਮਜਿੱਠਾ, ਔਰ ਮੈਂ ਆਮ ਪਾਰਟੀ ਤੋਂ ਕਾਫੀ ਦਿਨਾਂ ਤੋਂ ਅਸੀਂ ਪਾਰਟੀ ਦੀ ਸੇਵਾ ਕਰ ਰਹੇ ਹਾਂ, ਔਰ ਅੱਜ ਜਿਹੜਾ ਅਸੀਂ ਰੋਡ ਸ਼ੋਅ ਕੱਢਿਆ ਹੈ ਇਹਦਾ ਸਾਡਾ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਸੰਬੰਧ ਹੈ, ਔਰ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਦੇ ਦਿਨ ਜਨਮ ਦਿਹਾੜਾ ਹੈ। ਜਨਮ ਦਿਹਾੜੇ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਇਹ ਪਲਾਨਿੰਗ ਕੀਤੀ ਸੀ ਕਿ ਅਸੀਂ ਆਮ ਪਾਰਟੀ ਵੱਲੋਂ ਇਹ ਯੰਗ ਜਨਰੇਸ਼ਨ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਇੱਕ ਸੁਨੇਹਾ ਜਿਹੜਾ ਹੈ ਉਹ ਲੋਕਾਂ ਨੂੰ ਦਿੱਤਾ ਜਾਏ ਕਿ ਭਗਤ ਸਿੰਘ ਦੀ ਸੋਚ ਦੇ ਉੱਤੇ ਆਪਾਂ ਚੱਲੀਏ। ਕਿਸ ਤਰ੍ਹਾਂ ਸਮਝਦੇ ਹੋ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੈਗੀਆਂ ਨੇ, ਸ਼ਹੀਦ ਭਗਤ ਸਿੰਘ ਵਰਗੇ, ਊਧਮ ਸਿੰਘ ਵਰਗੇ ਦੇਸ਼ ਤਾਂ ਸਾਡਾ ਆਜ਼ਾਦ ਕਰਾ ਗਏ ਨੇ, ਪਰ ਕਿਤੇ ਨਾ ਕਿਤੇ ਜਿਹੜਾ ਹੈਗੇ ਨੇ ਸਾਡੇ ਕਿਸਾਨ ਵੀਰ ਲਗਾ ਲਈਏ ਜਾਂ ਹੋਰ ਮੁੱਦਿਆਂ ਨੂੰ ਲਗਾ ਲਈਏ, ਅਜੇ ਵੀ ਜਿਹੜਾ ਹੈਗਾ ਗੁਲਾਮੀ ਦੀ ਜਿਹੜੀ ਹੈਗੀ ਆ ਜੰਜੀਰਾਂ ਵਿੱਚ ਝੜਕੇ ਹੋਏ ਨੇ, ਕਿਸ ਤਰ੍ਹਾਂ ਸਮਝਦੇ? ਜੰਜੀਰਾਂ ਵਿੱਚ ਜਕੜਨ ਦੀ ਤੁਸੀਂ ਥੋੜ੍ਹਾ ਜਿਹਾ ਪੁੱਛਿਆ ਵਾ, ਇਹ ਜੋ ਪਿਛਲਾ ਸਮਾਂ, ਚਲੋ ਤੁਹਾਡੀ ਉਮਰ ਹੋ ਗਈ ਕਾਫੀ, ਅਸੀਂ ਇਹ ਪਿਛਲਾ ਸਮਾਂ ਵੇਖਿਆ ਹੈ, ਇਹਨਾਂ ਸਰਕਾਰਾਂ ਨੇ ਅੱਜ ਤੱਕ ਜਿਹੜੇ ਸਾਨੂੰ ਥੱਲੇ ਦਬਾ ਕੇ ਰੱਖਿਆ ਹੋਇਆ ਵਾ, ਕਿਸੇ ਨੇ ਕੋਈ ਪੈਸਾ ਦੇ ਦਿੰਦੇ ਜਿਹੜੀਆਂ ਵੋਟਾਂ ਬਟੋਰ ਲੈਂਦੇ ਸੀ, ਔਰ ਉਸ ਤੋਂ ਬਾਅਦ 'ਚ ਇੱਕ ਵਾਰੀ ਵੋਟਾਂ ਲੈ ਗਏ ਸ਼ਰਾਬ ਦੇ ਨਸ਼ੇ ਦਾ, ਪੈਸੇ ਦਾ, ਸਾਡੇ ਕੁਛ ਜਿਹੜਾ ਕੋਈ ਪਿਛਲਾ ਸਾਡਾ ਬੁਢਾਪਾ ਹੈ ਜਾਂ ਪਿਛਲੇ ਲੋਕ ਸੀਗੇ, ਇਹ ਥੋੜ੍ਹਾ ਜਿਹਾ ਇਹਨਾਂ ਲੋਕਾਂ ਦੇ ਭਰਮ 'ਚ ਆ ਜਾਂਦੇ ਸੀ, ਲੇਕਿਨ ਅੱਜ ਦਾ ਜੋ ਯੂਥ ਹੈ ਉਹ ਥੋੜ੍ਹਾ ਪੜ੍ਹਿਆ ਲਿਖਿਆ ਹੈ ਔਰ ਸੋਸ਼ਲ ਮੀਡੀਆ 'ਤੇ ਹਰਦਮ ਐਕਟਿਵ ਹੈ, ਔਰ ਉਹ ਸਾਰੇ ਦੇਸ਼ ਦੀ ਜਿਹੜੀ ਐਕਟੀਵਿਟੀ ਆ ਉਹਨੂੰ ਵਾਚਦਾ ਹੈ,
ਔਰ ਇਹਦੇ ਵਿੱਚ ਕੀ ਸਮਝਦੇ ਹੋ ਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਮੇਰੇ ਖਿਆਲ ਨਾਲ ਜਿਹੜੀਆਂ ਇਹ ਸਰਕਾਰਾਂ ਹੈਗੀਆਂ ਸੀ ਜਾਂ ਆਉਣ ਵਾਲੀਆਂ ਸਰਕਾਰਾਂ ਹੈਗੀਆਂ ਕਿਤੇ ਨਾ ਕਿਤੇ ਇਹਨਾਂ ਨੂੰ ਘਾਟ ਲੱਗਦੀ ਪਈ ਹੈ ਸੋਸ਼ਲ ਮੀਡੀਆ ਦੇ ਕਰਕੇ? ਯੈਸ ਯੈਸ ਬਿਲਕੁਲ, ਬਹੁਤ ਵਧੀਆ ਪੁਆਇੰਟ ਹੈ ਕਿ ਜਦੋਂ ਵੀ ਦੇਖੋ ਦਿੱਲੀ ਦੇ ਵਿੱਚ ਆਪਣਾ ਹਜ਼ਾਰਾ ਸਾਹਿਬ ਜੀ ਦੀ ਇੱਕ ਮੂਵਮੈਂਟ ਚੱਲੀ ਸੀ, ਉਸ ਮੂਵਮੈਂਟ ਦੇ ਵਿੱਚੋਂ ਹੀ ਐਡਾ ਵੱਡਾ ਇੱਕ ਹਜੂਮ ਉੱਠਿਆ ਸੀ ਜਿਹੜਾ ਸਾਡੇ ਹਿੰਦੁਸਤਾਨ ਦੇ ਸਿਸਟਮ ਨੂੰ ਚੇਂਜ ਕਰਨਾ ਚਾਹੁੰਦਾ ਵਾ ਕਿ ਅਸੀਂ ਜਿਹੜੀ ਇਹਦੀ ਸਰਕਾਰ ਦਾ ਜਿਹੜਾ ਸਾਡੇ ਪੁਰਾਣੇ ਇਹਨਾਂ ਨੇ ਕਾਫੀ 50-55-60 ਸਾਲ ਤੋਂ ਜਿਹੜਾ ਇਹਨਾਂ ਨੇ ਆਪਣਾ ਸਿਸਟਮ ਬਣਾਇਆ, ਜਿਸ ਤਰ੍ਹਾਂ ਕਿ ਪਹਿਲੇ ਕਾਂਗਰਸ ਸੀ, ਕਾਂਗਰਸ ਦਾ ਕੰਮ ਸੀਗਾ ਕਿ ਇਹਨਾਂ ਨੇ ਅੱਜ ਤੱਕ ਸਿਰਫ ਆਪਣੇ ਬੰਦਿਆਂ ਨੂੰ ਹੀ ਪ੍ਰਪੋਜ਼ ਕੀਤਾ ਹੈ, ਇਹਨਾਂ ਨੇ ਆਪਣਿਆਂ ਨੂੰ ਹੀ ਇੱਕੋ ਪਰਿਵਾਰ ਦੇ ਹੱਥ 'ਚ ਅੱਜ ਤੱਕ ਕਮਾਂਡ ਰਹੀ ਆ, ਉਹ ਵੀ ਹੈ ਗਾਂਧੀ ਪਰਿਵਾਰ। ਲੇਕਿਨ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ 'ਚ ਜਿਹੜਾ ਹਰ ਆਦਮੀ ਹੈ, ਹਰ ਯੰਗ ਜਨਰੇਸ਼ਨ ਦੇ ਵਿੱਚ ਜਿੰਨੇ ਵੀ ਸਾਡੇ ਬੱਚੇ ਆ ਰਹੇ ਨੇ, ਉਹ ਸੋਸ਼ਲ ਮੀਡੀਆ ਤੋਂ ਵੇਖ ਕੇ ਇਸ ਚੀਜ਼ ਤੋਂ ਪ੍ਰਭਾਵਿਤ ਹੋਇਆ ਕਿ ਨਹੀਂ, ਕੇਜਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਇੱਕ ਅਲੱਗ ਕਮਾਲ ਕਰਕੇ ਦਿਖਾਤੀ ਆ, ਜਿਹੜੀ ਕੁਛ ਬਾਹਰ ਦੇ ਦੇਸ਼ ਵੀ ਇਹਦੇ ਵਿੱਚ ਪ੍ਰਭਾਵਿਤ ਹੋਏ ਨੇ, ਸਾਡਾ ਹਿੰਦੁਸਤਾਨ ਤਾਂ ਹੋਇਆ ਹੀ ਹੋਇਆ ਹੈ। ਸੋ ਇਹ ਸਨ ਸਾਡੇ ਨਾਲ ਸੀਨੀਅਰ ਆਗੂ, ਹੋਰ ਹੈਗੇ ਨੇ ਸਾਡੇ ਨਾਲ ਸੀਨੀਅਰ ਆਗੂ ਯੂਥ ਵਿੰਗ ਦੇ ਜਿਹੜੇ ਸੀਨੀਅਰ ਆਗੂ ਹੈਗੇ ਨੇ ਸਾਡੇ ਨਾਲ, ਦੀਕਸ਼ਾ ਤਮਨ ਜੀ, ਉਹ ਵੀ ਮੌਜੂਦ ਨੇ। ਸਰ ਪਹਿਲਾਂ ਤਾਂ ਤੁਹਾਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਜਿਹੜਾ ਤੁਸੀਂ ਅੱਜ ਦਾ ਦਿਨ ਜਿਹੜਾ ਸ਼ਹੀਦ ਭਗਤ ਸਿੰਘ ਦਾ ਦਿਨ ਹੈਗਾ ਸੀ, ਜਨਮ ਦਿਹਾੜਾ ਹੈਗਾ ਸੀ, ਬਹੁਤ ਵਧੀਆ ਢੰਗ ਨਾਲ ਮਨਾਇਆ, ਕੀ ਸਮਝਦੇ ਹੋ ਇਹਨਾਂ ਲੋਕਾਂ ਨੂੰ, ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਸੀ ਤੁਸੀਂ? ਦੇਖੋ ਜੀ, ਜਿਹੜਾ ਸ਼ਹੀਦ ਭਗਤ ਸਿੰਘ ਜੀ ਦਾ ਜਿਹੜਾ ਅਸੀਂ ਜਨਮ ਦਿਹਾੜਾ ਮਨਾਇਆ, ਉਰੇ ਉਸ ਮਾਧਿਅਮ ਦਾ ਇੱਕੋ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਜ਼ਿੰਦਾ ਰੱਖਿਆ ਜਾ ਸਕੇ, ਕਿ ਜਿਹਨਾਂ ਵੱਧ ਤੋਂ ਵੱਧ ਯੂਥ ਤੱਕ, ਚਾਹੇ ਯੂਥ ਹੈ ਚਾਹੇ ਜਵਾਨ ਹੈ ਚਾਹੇ ਬਜ਼ੁਰਗ ਹੈ, ਉਹਨਾਂ ਨੂੰ ਦੱਸਿਆ ਜਾ ਸਕੇ ਕਿ ਭਗਤ ਸਿੰਘ ਦੀ ਸੋਚ ਮਰੀ ਨਹੀਂ ਹੈ, ਭਗਤ ਸਿੰਘ ਦੀ ਸੋਚ ਹੀ ਜ਼ੁਲਮ ਦੇ ਖਿਲਾਫ ਖੜੇ ਹੋਣਾ, ਜਿਹੜੇ ਆ ਕਾਂਗਰਸੀ ਹੈ, ਅਕਾਲੀ ਹੈ, ਬੀਜੇਪੀ ਨੇ ਜਿਹੜਾ ਜਬਰ ਜ਼ੁਲਮ ਬੰਬ ਸੁੱਟਿਆ ਆਰਡੀਨੈਂਸ ਦੇ ਰੂਪ ਦੇ ਵਿੱਚ, ਜਿਹਨੂੰ ਐਕਟ ਬਣਾ ਦਿੱਤਾ, ਇੱਕ ਧੱਕੇਸ਼ਾਹੀ ਹੈ ਜਿਹੜੀ ਉਹਨਾਂ ਨੇ ਲੋਕ ਸਭਾ ਵਿੱਚ ਕਰਕੇ ਦਿਖਾਈ ਹੈ, ਇਸੇ ਸੋਚ ਦੇ ਖਿਲਾਫ ਲੜਨ ਸਹੀ ਲੋਕਾਂ ਨੂੰ ਲਾਮਬੱਧ ਕਰ ਰਹੇ ਹਾਂ, ਅੱਜ ਉਹਦੀ ਸ਼ੁਰੂਆਤ ਅਸੀਂ ਮਜੀਠੇ ਹਲਕੇ ਤੋਂ ਕੀਤੀ ਆ। ਕਿੰਨਾ ਕੁ ਇਕੱਠ ਹੈਗਾ ਸੀ, ਕਿੰਨਾ ਕੁ ਬਲ ਮਿਲਿਆ ਅੱਜ ਆਮ ਆਦਮੀ ਪਾਰਟੀ ਨੂੰ, ਕਿ ਯੂਥ ਕਿੰਨਾ ਕੁ ਨਿਕਲ ਕੇ ਬਾਹਰ ਆਇਆ ਮਜੀਠੇ ਹਲਕੇ ਦੇ? ਜਿਸ ਮੇਰੇ ਕੁਛ ਹੋਰ ਸੀਨੀਅਰ ਸਾਥੀਆਂ ਨੇ ਗੱਲ ਕੀਤੀ ਕਿ ਮਜੀਠੇ ਹਲਕੇ ਵਿੱਚ ਯੂਥ ਦਾ ਬਹੁਤ ਵੱਡਾ ਸਪੋਰਟ ਮਿਲਿਆ, ਯੂਥ ਕੀ ਹਰ ਵਰਗ ਦਾ, ਚਾਹੇ ਉਹ ਯੂਥ ਹੈ ਚਾਹੇ ਬਜ਼ੁਰਗ ਹੈ ਚਾਹੇ ਮਹਿਲਾਵਾਂ ਹੈ, ਉਹ ਇਸ ਟਾਈਮ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੇ ਆ, ਅਤੇ ਅਸੀਂ ਵੀ ਆਮ ਆਦਮੀ ਪਾਰਟੀ ਵੱਲੇ ਜਿੰਨੀ ਦੇਰ ਤੱਕ ਕਿਸਾਨਾਂ ਸੰਘਰਸ਼ ਜਾਰੀ ਰਹੇਗਾ ਅਸੀਂ ਬਿਲਕੁਲ ਇਹਨਾਂ ਨਾਲ ਖੜੇ ਰਹਾਂਗੇ, ਜਿੰਨੀ ਦੇਰ ਤੱਕ ਉਹ ਇਹ ਜਬਰ ਜ਼ੁਲਮ ਵਾਲਾ ਹੈ ਫਰਮਾਨ ਵਾਪਸ ਨਹੀਂ ਲਿੱਤਾ ਜਾਂਦਾ ਉਹਨਾਂ ਵੱਲੋਂ। ਸੋ ਇਹ ਸਨ ਸਾਡੇ ਨਾਲ ਦੀਕਸ਼ਾ ਤਮਨ ਜੀ, ਜਿਹੜਾ ਯੂਥ ਵਿੰਗ ਦੇਖਦੇ ਪਏ ਨੇ, ਵਾਕਿਆ ਹੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਸਪੋਰਟ ਹੈਗੀ ਆ ਕਿਸਾਨਾਂ ਦੇ ਹੱਕ 'ਚ ਹੈਗੀ ਆ, ਕਿ ਕਿਸੇ ਵੀ ਧਰਮ 'ਤੇ ਜੇ ਇੱਕ ਗੱਲ ਕਰ ਲਈਏ ਜਾਂ ਕਿਸੇ ਵੀ ਕਿਸਾਨ ਦੀ ਗੱਲ ਕਰ ਲਈਏ, ਕਿ ਜਿਹੜੇ ਕਿਸਾਨ ਹੁੰਦੇ ਨੇ ਉਹ ਵਿਚਾਰੇ ਸਾਰਾ ਪਬਲਿਕ ਦਾ ਜਾਂ ਸਾਰੇ ਮੁਲਕ ਦਾ ਜਾਂ ਸਾਰੇ ਦੇਸ਼ ਦਾ ਢਿੱਡ ਤਾਂ ਭਰਦੇ ਨੇ, ਪਰ ਕਿਸਾਨ ਜਿਹੜੇ ਹੁੰਦੇ ਨੇ ਵਿਚਾਰੇ ਆਪ ਜਿਹੜੇ ਹੈਗੇ ਨੇ ਸੜਕਾਂ 'ਤੇ ਰੁਲਦੇ ਫਿਰਦੇ ਨੇ। ਜਿਹੜੀ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਦੀ ਆਉਣ ਵਾਲੀ ਜੇ ਹੈ 2022 ਦਾ ਜਿਹੜਾ ਇਲੈਕਸ਼ਨ ਹੋਏਗਾ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਇਹ ਅਕਾਲੀ ਦਲ ਆਉਂਦਾ ਜਾਂ ਆਪ ਆਉਂਦੀ ਹੈ ਜਾਂ ਕਾਂਗਰਸ ਆਉਂਦੀ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਤੁਸੀਂ ਜਿੱਥੇ ਵੀ ਜਿੱਥੇ ਤੁਸੀਂ ਦੇਖਦੇ ਰਹੋਗੇ ਕਿ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਵਾ ਜਾਂ ਗਰੀਬਾਂ ਦੇ ਨਾਲ, ਕਿਸੇ ਵੀ ਧਰਮ ਦੇ ਨਾਲ ਆਪਾਂ ਲਗਾ ਲਈਏ, ਦਲਿਤ ਜਿਹੜਾ ਪਰਿਵਾਰ ਹੁੰਦਾ ਵਾ ਉਹਦੇ ਨਾਲ ਧੱਕਾ ਆਮ ਜਿਹੜੀਆਂ ਸਰਕਾਰਾਂ ਹੈਗੀਆਂ ਸਮੇਂ ਦੀਆਂ ਸਰਕਾਰਾਂ ਲਗਾ ਲਈਏ ਜਾਂ ਇਸ ਤੋਂ ਪਹਿਲੀਆਂ ਸਰਕਾਰਾਂ ਲਗਾ ਲਈਏ, ਇਹ ਧੱਕਾ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਹੀ ਕਰਦੀਆਂ ਆਈਆਂ ਨੇ। ਤੁਸੀਂ ਦੇਖਦੇ ਰਹੋ ਸਾਂਝ ਟੀਵੀ, ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਸਨੀ ਸੋਹਤਾ ਦੀ ਖਾਸ ਰਿਪੋਰਟ। ਅੱਜ ਤੱਕ ਲੱਖਾਂ ਲੋਕਾਂ ਦੇ ਉਜੜੇ ਘਰਾਂ ਨੂੰ ਵਸਾਉਣ ਵਾਲੇ ਸਵਾਮੀ ਕ੍ਰਿਸ਼ਨਾ ਜੀ ਦਾ ਖੁੱਲਾ ਚੈਲੰਜ, ਜਿਨ੍ਹਾਂ ਵੱਲੋਂ ਹਰ ਇੱਕ ਸਮੱਸਿਆ ਦਾ ਸਮਾਧਾਨ 100% ਗਰੰਟੀ ਨਾਲ ਕੀਤਾ ਜਾਂਦਾ ਹੈ, ਭਾਵੇਂ ਸਟਾਂਪ ਪੇਪਰ ਤੇ ਲਿਖ ਕੇ ਲਓ, ਜਿਵੇਂ ਲਵ ਮੈਰਿਜ, ਵਸ਼ੀਕਰਨ, ਬਲੈਕ ਮੈਜਿਕ, ਪਤੀ ਪਤਨੀ ਵਿਚਣਬੜ, ਸੰਤਾਨ ਨਾ ਹੋਣਾ ਜਾਂ ਸੰਤਾਨ ਦਾ ਕਹਿਣੇ ਤੋਂ ਬਾਹਰ ਹੋਣਾ, ਨਸ਼ਾ ਮੁਕਤੀ, ਕੀਤਾ ਕਰਾਇਆ, ਲੋਟਰੀ ਨੰਬਰ, ਮਨਚਾਇਆ ਪਿਆਰ, ਕਰਜ਼ਾ ਮੁਕਤੀ, ਪੀਆਰ ਦੀ ਸਮੱਸਿਆ, ਵਿਦੇਸ਼ ਵਿੱਚ ਕੰਮ ਨਾ ਮਿਲਣਾ, ਗੱਡਿਆ ਧਨ, ਵਿਦੇਸ਼ਾਂ ਵਿੱਚ ਮਕਾਨ ਖਰੀਦਣ ਜਾਂ ਵੇਚਣ ਵਿੱਚ ਰੁਕਾਵਟ, ਤੱਕ ਬਰਾਉਣਾ। ਆਪ ਜੀ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ 27 ਇਲਮਾਂ ਦੀ ਸ਼ਕਤੀ ਦੀ ਸਿੱਧੀ ਨਾਲ ਕਰਾਂਗੇ ਤੁਰੰਤ ਸਮਾਧਾਨ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਹੁਣੇ ਕਾਲ ਕਰੋ 70877 73787।